ਪਾਸਾ ਹੈਗਾ ਮੈਂ ਜਿੰਨੀ ਆਪਣੇ ਵੱਲੋਂ ਮਦਦ ਹੋ ਸਕਦੀ ਹੈ ਰਾਣਾ ਕਮਰਪਾਲ ਸਿੰਘ ਜੀ ਨੂੰ ਜਿਤਾਉਣ ਵਾਸਤੇ ਕਰ ਰਿਹਾ ਹੈ ਔਰ ਜਿੱਥੇ ਉਹਨਾਂ ਨੂੰ ਮੇਰੀ ਲੋੜ ਹੈਗੀ ਹੈ ਮੈਂ 365 ਦਿਨ 24 ਘੰਟੇ ਹਾਜ਼ਰ ਸਰ ਜਦੋਂ ਕੋਰੋਨਾ ਮਹਾਮਾਰੀ ਸ਼ੁਰੂ ਹੀ ਹੋਈ 3 ਸਾਲ ਪਹਿਲਾਂ ਤਾਂ ਤੁਸੀਂ ਬੜਾ ਗੰਭੀਰ ਆਰਟੀਕਲ ਹਿੰਦੁਸਤਾਨ ਟਾਈਮਸ 'ਚ ਲਿਖਿਆ ਕਿ ਸਾਡਾ ਜਿਹੜਾ ਮਹਾਮਾਰੀ ਵਾਲਾ ਐਕਟ ਹੈ ਉਹਦੇ 'ਚ ਬੜੀਆਂ ਕਮੀਆਂ ਸਰਕਾਰ ਨੇ ਉਸ ਤੋਂ ਬਾਅਦ ਉਹਦੇ ਅਮੈਂਡ ਵੀ ਕੀਤਾ ਔਰ ਕੁਛ ਸੁਧਾਰ ਹੋਏ ਵੀ ਹੈ ਪਰ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਅਸੀਂ ਐਡੀ ਵੱਡੀ ਮਹਾਮਾਰੀ ਦੇ ਖਿਲਾਫ ਤਾਂ ਹੀ ਨਹੀਂ ਸਾਡੀ ਕੋਈ ਜੰਗ ਕਾਮਯਾਬ ਹੋ ਰਹੀ ਕਿ ਸਾਡੇ ਕੋਲ ਸਿਰਫ ਐਡੀ ਵੱਡੀ ਜਨਸੰਖਿਆ 80,000 ਸਾਡੇ ਕੋਲ ਸਿਰਫ MBBS ਦੀਆਂ ਸੀਟਾਂ ਔਰ MD MS ਤੇ PG ਡਿਪਲੋਮਾ ਸੀਟ ਸਿਰਫ 40,000 ਹੈ देखो इदा है थोड़ी गल बिल्कुल सही है और इसलिए जिहड़ा सब तो बड़ा उपराला मैं किया है पिछले 2.5 साल मैं श्री आनंदपुर साहब लोग सभा हल्के मोहाली जिहड़ा पहला सरकारी मेडिकल कॉलेज 50 वर्यां बाद मेडिकल कॉलेज अज शुरू हो जा रहा है अंबेडकर इंस्टीट्यूट ऑफ मेडिकल स्टडीज गवर्नमेंट कॉलेज पटियाला गवर्नमेंट कॉलेज मेडिकल कॉलेज अमृतसर जिहड़े 1947 तो पहले तो बने हुए ने उस तो अलावा जिहड़ा थोड़ा बाबा फरीद यूनिवर्सिटी नाल अफिलिएटेड मेडिकल कॉलेज ने उस तो बाद ये पहला सरकारी मेडिकल कॉलेज और मैं इस दे उपर जोर इसलिए दिता सी क्योंकि मेरा ये मनना हैगा कि पंजाब दे विच जिहड़ियां हेल्थ सर्विसिज ने ਉਹਨਾਂ ਨੂੰ ਹੋਰ ਸੁਦ੍ਰਿੜ ਕਰਨ ਦੀ ਲੋੜ ਹੈ ਸੋ ਇਸ ਲਈ ਇਹ ਤੁਹਾਡੀ ਗੱਲ ਸਹੀ ਹੈ 6 ਲੱਖ ਕਰੋੜ ਰੁਪਇਆ ਲੱਗੇਗਾ ਪੂਰੇ ਹਿੰਦੁਸਤਾਨ ਦੇ ਹੈਲਥ ਸਿਸਟਮ ਨੂੰ ਓਵਰਆਲ ਕਰਨ ਵਾਸਤੇ ਔਰ ਮੈਂ ਨਿਰੰਤਰ ਔਰ ਲਗਾਤਾਰ ਪ੍ਰਧਾਨ ਮੰਤਰੀ ਨੂੰ ਵੀ ਔਰ ਸਵਾਸਥ ਮੰਤਰੀ ਨੂੰ ਵੀ ਇਹ ਚਿੱਠੀ ਲਿਖ ਕੇ ਵੀ ਕਹਿ ਚੁੱਕਿਆ ਹੈਗਾ ਕਿ ਇਹ ਸਭ ਤੋਂ ਵੱਡੀ ਹਾਲੀ ਅਜਿਹੇ ਕੈਂਡੀਡੇਟ ਹੈ ਆਮ ਆਦਮੀ ਪਾਰਟੀ ਜਿਹੜੇ ਸੀ ਕਾਂਗਰਸ ਨੇ ਪਲਾਂਟ ਕੀਤੇ ਉੱਥੇ ਉਹਨਾਂ 'ਚੋਂ ਜਿਹੜੇ ਜਿੱਤਣਗੇ ਉਹ ਮੁੜ ਕੇ ਕਾਂਗਰਸ ਦੇ ਵਿੱਚ ਆ ਸਕਦੇ ਕੋਈ ਅਜਿਹੀ ਮਤਲਬ ਗੇਮ ਹੈ ਜੀ ਦੇਖੋ ਕਿਆ ਕਹਿੰਦੇ ਪਲਾਂਟ ਫਲੂਟ ਤਾਂ ਕੋਈ ਨਹੀਂ ਕੀਤੇ ਹੈਗੇ ਹੁਣ ਬਿੱਟੂ ਜੀ ਦਾ ਆਪਣਾ ਢੰਗ ਹੈ ਬੋਲਣ ਦਾ ਪਰ ਇਹ ਗੱਲ ਸਹੀ ਹੈ ਕਿ ਜੇ 117 ਕੈਂਡੀਡੇਟ ਤੁਸੀਂ ਆਮ ਆਦਮੀ ਪਾਰਟੀ ਦੇ ਚੱਕੋ ਮੇਰੇ ਖਿਆਲ ਉਸ 'ਚੋਂ 85 ਜਾਂ 90 ਕੈਂਡੀਡੇਟ ਤਾਂ ਕਾਂਗਰਸੀ ਨੇ ਮੈਂ ਲੁਧਿਆਣੇ ਦੀ ਗੱਲ ਕਰਦਾ ਜਿੱਥੋਂ ਮੈਂ ਪਹਿਲੇ ਲੋਕ ਸਭਾ ਦੀ ਨੁਮਾਇੰਦਗੀ ਕਰਦਾ ਸੀਗਾ ਬਈ ਲੁਧਿਆਣੇ ਵੈਸਟ ਤੋਂ ਜਿਹੜਾ ਕੈਂਡੀਡੇਟ ਹੈ ਗੋਗੀ ਉਹ ਸਾਡੇ ਕਾਰਪੋਰੇਸ਼ਨ ਦਾ ਚੇਅਰਮੈਨ ਸੀਗਾ ਜ਼ਿਲ੍ਹੇ ਦਾ ਕਾਂਗਰਸ ਦਾ ਪ੍ਰਧਾਨ ਸੀਗਾ ਉਸ ਤੋਂ ਇਲਾਵਾ ਜੇ ਤੁਸੀਂ ਆਤਮ ਨਗਰ ਦੀ ਗੱਲ ਕਰ ਲਓ ਤਾਂ ਕੁਲਵੰਤ ਸਿੱਧੂ ਉਹ ਕਾਂਗਰਸ ਸੀਗਾ ਅੱਛਾ ਲੁਧਿਆਣਾ ਵੈਸਟ ਦੀ ਗੱਲ ਕਰ ਲਓ ਪੱਪੀ ਪਰਾਸ਼ਰ ਉਹ ਕਿਆ ਕਹਿੰਦੇ ਨੇ ਸਾਡੇ ਨਾਲ ਯੂਥ ਕਾਂਗਰਸ ਸੀ NSUI ਸੀਗਾ 2012 'ਚ ਕਾਂਗਰਸ ਦੀ ਚੋਣ ਲੜਿਆ ਸੀਗਾ ਲੁਧਿਆਣਾ ਦੱਖਣੀ ਤੋਂ ਉਸ ਤੋਂ ਇਲਾਵਾ ਤੁਸੀਂ ਲੁਧਿਆਣਾ ਨੌਰਥ ਦੀ ਗੱਲ ਕਰ ਲਓ ਮਦਨ ਲਾਲ ਬੱਗਾ ਉਹ ਵੀ ਕਿਆ ਕਹਿੰਦੇ ਨੇ ਪੁਰਾਣਾ ਕਾਂਗਰਸੀ ਹੈ ਇਸੇ ਤਰ੍ਹਾਂ ਜੇ ਤੁਸੀਂ ਪੰਜਾਬ ਦੇ ਸਾਰੇ ਹਲਕਿਆਂ ਦੇ ਉੱਪਰ ਨਜ਼ਰ ਇਹ ਤਾਂ ਮੈਂ ਉਦਾਹਰਣ ਦੇ ਤੌਰ 'ਤੇ ਤੁਹਾਨੂੰ ਦਿੱਤਾ ਹੈ ਕਿਹਾ ਹੈਗਾ ਮੇਰੇ ਖਿਆਲ 117 'ਚੋਂ 90 ਇਹੋ ਜਿਹੇ ਕੈਂਡੀਡੇਟ ਹੋਣਗੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਂਗਰਸੀ ਨੇ ਔਰ ਸਿਰਫ ਇਹ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਹੈਗੀ ਤੁਸੀਂ ਭਾਜਪਾ ਦੇ ਵੀ ਲੈ ਲਓ ਹੁਣ ਜਿਹੜੇ ਸਾਡੇ ਲੁਧਿਆਣਾ ਸ਼ਹਿਰ ਦੇ ਪ੍ਰਧਾਨ ਸੀਗੇ ਜਗਮੋਹਨ ਸ਼ਰਮਾ ਉਹ ਲੁਧਿਆਣਾ ਉੱਤਰੀ ਤੋਂ ਚੋਣ ਲੜ ਰਹੇ ਨੇ ਭਾਜਪਾ ਦੀ ਟਿਕਟ 'ਤੇ ਉਹ ਵੀ ਕਾਂਗਰਸੀ ਨੇ ਅੱਛਾ ਤੁਸੀਂ ਅਰਵਿੰਦ ਖੰਨਾ ਲੈ ਲਓ ਕਾਂਗਰਸ ਦੇ MLA ਰਹੇ ਨੇ ਉਹ ਸੰਗਰੂਰ ਤੋਂ ਚੋਣ ਲੜ ਰਹੇ ਨੇ ਸੋ ਇਸ ਲਈ ਜਿਹੜੀਆਂ ਨਵੀਆਂ ਪਾਰਟੀਆਂ ਆਈਆਂ ਨੇ ਪੰਜਾਬ 'ਚ ਸਭ ਤੋਂ ਜ਼ਿਆਦਾ ਅਗਰ ਲੋਕ ਗਏ ਨੇ ਔਰ ਇਹ ਮਨਭਾਗੀ ਗੱਲ ਹੈਗੀ ਹੈ ਔਰ ਸਾਨੂੰ ਇਸ 'ਤੇ ਸੋਚ ਵਿਚਾਰ ਕਰਨਾ ਚਾਹੀਦਾ ਉਹ ਤਾਂ ਕਾਂਗਰਸ ਤੋਂ ਗਏ ਸਰ ਤੁਸੀਂ ਤਜਰਬੇਕਾਰ ਸਰਕਾਰ ਦੀ ਅਤੇ ਇਸ ਲਈ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣੀ ਉਹ ਸਰਕਾਰ ਤਜਰਬੇ ਵਾਲੀ ਹੋਵੇ ਪੰਜਾਬ ਦੀ ਜਿਹੜੀ ਸਮੱਸਿਆਵਾਂ ਨੇ ਉਹਨਾਂ ਨੂੰ ਸਮਝਦੀ ਹੋਵੇ ਔਰ ਇਹੋ ਜਿਹੀ ਸੁਲਝੀ ਹੋਈ ਸਰਕਾਰ ਸਿਰਫ ਕਿਆ ਕਹਿੰਦੇ ਨੇ ਕਾਂਗਰਸ ਪਾਰਟੀ ਦੇ ਸਕਦੀ ਹੈਗੀ ਹੈ ਕਿਉਂਕਿ ਕਾਂਗਰਸ ਪਾਰਟੀ ਕੋਲ ਸਰਕਾਰ ਚਲਾਉਣ ਦਾ ਤਜਰਬਾ ਸਿਰਫ ਪੰਜਾਬ 'ਚ ਹੀ ਨਹੀਂ ਪਰ ਹਿੰਦੁਸਤਾਨ 'ਚ ਲੰਬਾ ਤਜਰਬਾ ਰਿਹਾ ਹੈਗਾ ਔਰ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਕਾਂਗਰਸ ਪਾਰਟੀ ਦੇ ਨੁਮਾਇੰਦਗੇ ਜਿੱਤ ਕੇ ਵਿਧਾਨ ਸਭਾ ਜਾਣ ਔਰ ਮੈਂ ਤੁਹਾਡੇ ਰਾਹੀਂ ਅੱਜ ਇਹ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਨੁਮਾਇੰਦੇ ਨੇ ਰਾਣਾ ਕੰਵਰਪਾਲ ਸਿੰਘ ਜੀ ਸਾਡੇ
सत्कारयोग स्पीकर ने विधानसभा के उन्होंने एक बार फिर तो श्री आनंदपुर साहब के लोग अपना आशीर्वाद देन उन्होंने दोबारा विधानसभा क्योंकि उन्होंने रूप दे विच एक सुलझा हुआ सियासतदान जिहड़ा पंजाब नूं समझदा हैगा, पंजाब की समस्यावां नूं समझदा हैगा, एक अहिजा नुमाइंदा सिर्फ श्री आनंदपुर साहब नूं ही नहीं, नंगल नूं ही नहीं, पर पूरे पंजाब नूं मिलेगा। ਤੁਹਾਡੇ ਕੋਈ ਸਵਾਲ ਹੋਣ ਤਾਂ ਉਹਨਾਂ ਦਾ ਮੈਂ ਜਵਾਬ ਦੇਣ ਲਈ ਤਿਆਰ। ਸਰ ਮੈਂ ਇੱਕ ਤੁਹਾਡੇ ਤੋਂ ਪੁੱਛਣਾ, ਉਹ ਟੂਰਿਜ਼ਮ ਸਰਕਿਟ ਬਣਾਇਆ ਸੀ ਸ੍ਰੀ ਚੰਪਾਰ ਸਾਹਿਬ, ਔਰ ਉਹਦੇ 'ਚ ਪਿਨਕਾਸ਼ੀਆ ਵੀ ਅਪਗ੍ਰੇਡ ਕਰਨਾ ਸੀਗਾ, ਤੁਹਾਡਾ ਕਦੰਬਾ ਵੀ ਸੀਗਾ, ਸ਼ਾਇਦ ਹੋ ਸਕਦਾ ਕਿ ਕਿੰਨੇ ਨੇ ਇਹ ਉਸੇ ਕਰਕੇ ਰੁਕਿਆ ਹੋਵੇ, ਪਰ ਕੱਲ੍ਹ ਸੀਐਮ ਸਾਹਿਬ ਆ ਰਹੇ ਨੇ, ਟੂਰਿਜ਼ਮ ਦਾ ਮਹਿਕਮਾ ਅੱਜ ਵੀ ਉਹਨਾਂ ਕੋਲ ਹੈ, ਉਹਨਾਂ ਤੋਂ ਜ਼ਰੂਰ ਪੁੱਛਣਾ। ਦੌਰਾ ਵਗੈਰਾ ਗੱਲ ਕਰਨਗੇ, ਇੰਨੀ ਤਾਂ ਕਮਿਟਮੈਂਟ ਕਰਕੇ ਜਾਓ ਕਿ ਜਿਹੜਾ ਸਾਡਾ ਹਸਪਤਾਲ ਹੈ, ਠੀਕ ਹੈ, ਕੋਈ ਆਈਦਾ ਇਸਤੇਮਾਲ ਨਹੀਂ, ਕੋਈ ਉਹਦਾ ਅਡਵਾਂਸ ਨਹੀਂ, ਸਵਾਏ ਮੈਡੀਸਨ ਤੋਂ। ਔਰ ਉਸ ਤੋਂ ਬਾਅਦ ਜਿਹੜੇ ਨਵੇਂ ਚੇਅਰਮੈਨ ਆਏ, ਨਵੇਂ ਚੇਅਰਮੈਨ ਨੂੰ ਵੀ ਮੈਂ ਜਾ ਕੇ ਮਿਲਿਆ, ਉਹਨੂੰ ਵੀ ਹਦਾਇਤ ਦਵਾਈ ਕਿ ਬਈ ਇਹਨੂੰ ਕੰਕਲੂਡ ਕਰੋ। ਹੁਣ ਪ੍ਰੋਬਲਮ ਕਿੱਥੇ ਆ ਰਹੀ ਹੈ? ਪ੍ਰੋਬਲਮ ਆ ਰਹੀ ਹੈ ਜਿਹੜੀ ਐਸੋਸੀਏਸ਼ਨਸ ਨੇ, ਔਰ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਹਦੇ ਵਿੱਚ ਜਿਹੜੀ ਪੈਨਲਟੀ ਲੱਗਣੀ, ਉਹ ਪੈਨਲਟੀ ਕਿੰਨੀ ਮੁਕਰਰ ਕਰਨੀ ਹੈ, ਉਹਦੇ 'ਚ ਬਹੁਤ ਵੱਡਾ ਫਰਕ ਹੈ। ਜਿਹੜੀ ਐਸੋਸੀਏਸ਼ਨਸ ਨੇ ਆਪਣਾ ਤੁਹਾਡੇ ਸ਼ੋਪਕੀਪਰਸ ਦੀਆਂ ਜਾਂ ਜਿਹੜੇ ਲੀਜ਼ ਹੋਲਡਰਸ ਦੀਆਂ, ਉਹਨਾਂ ਦਾ ਮੰਨਣਾ ਹੈ ਕਿ ਐਕਸ ਰੇਟ ਲੱਗਣਾ ਚਾਹੀਦਾ, BBMB ਦਾ ਮੰਨਣਾ ਹੈ ਕਿ ਵਾਈ ਰੇਟ ਲੱਗਣਾ ਚਾਹੀਦਾ ਹੈ। ਇਹ ਪਹਿਲੀ ਸਮੱਸਿਆ। ਦੂਸਰੀ ਸਮੱਸਿਆ ਇਹ ਹੈ, ਔਰ ਜਿਹੜੀ ਮੈਂ ਸਪੀਕਰ ਸਾਹਿਬ ਦੇ ਸੰਗਿਆਨ 'ਚ ਵੀ ਲੈ ਕੇ ਆਇਆ ਸੀਗਾ, ਕਿ ਪੰਜਾਬ ਸਰਕਾਰ ਨੂੰ ਜਿਹੜਾ ਲੀਜ਼ ਦਾ ਮਸਲਾ ਹੈ ਉਹਨੂੰ ਆਫਿਸ਼ੀਅਲੀ ਅਖਤਿਆਰੀ ਤੌਰ ਦੇ ਉੱਪਰ BBMB ਦੇ ਬੋਰਡ 'ਚ ਲੈ ਕੇ ਜਾਣ ਦੀ ਲੋੜ ਹੈਗੀ ਹੈ। ਜਦ ਤੱਕ ਪੰਜਾਬ ਸਰਕਾਰ ਇਹਨੂੰ BBMB ਦੇ ਬੋਰਡ 'ਚ ਏਜੰਡਾ ਪਵਾ ਕੇ ਨਹੀਂ ਲੈ ਕੇ ਜਾਊਗੀ, ਤਦ ਤੱਕ ਇਸ ਚੀਜ਼ ਦੇ ਉੱਪਰ ਗੱਲ ਸਿਰੇ ਨਹੀਂ ਚੜੇਗੀ। ਪਰ ਉਹ ਏਜੰਡਾ ਜਾਏਗਾ ਤਾਂ ਜਦ ਇਹ ਜਿਹੜਾ ਫਰਕ ਹੈਗਾ ਕਿ ਕੰਪਨਸੇਸ਼ਨ ਜਾਂ ਪੈਨਲਟੀ ਕਿੰਨੀ ਹੋਣੀ ਚਾਹੀਦੀ ਹੈ, ਇਹਦਾ ਕੋਈ ਨਾ ਕੋਈ ਰੈਜ਼ੋਲੂਸ਼ਨ ਨਿਕਲੇਗਾ। ਇੱਥੇ ਗੱਲ ਫਸੀ ਹੋਈ ਹੈ। ਮੈਂ ਮੇਰੇ ਖਿਆਲ ਪਿਛਲੇ 2.5 ਸਾਲ 'ਚ ਪਰਸਨਲੀ ਉਚੇਚੇ ਤੌਰ 'ਤੇ ਮੇਰੇ ਖਿਆਲ 10 ਵਾਰੀ RK ਸਿੰਘ ਨੂੰ ਜਾ ਕੇ ਮਿਲ ਕੇ ਆਇਆ। ਮੈਂ BBMB ਦੇ ਚੇਅਰਮੈਨ ਨੂੰ, ਸਪੀਕਰ ਸਾਹਿਬ ਨੂੰ ਨਾਲ ਲੈ ਕੇ 1-2 ਵਾਰੀ ਤਾਂ, ਪੁਰਾਣੇ ਚੇਅਰਮੈਨ ਨੂੰ ਜਾ ਕੇ ਅਸੀਂ 5-7 ਵਾਰੀ ਮਿਲੇ ਹੈ, ਜਿਹੜਾ ਨਵਾਂ ਚੇਅਰਮੈਨ ਉਹਨੂੰ ਵੀ ਜਾ ਕੇ ਮੈਂ ਮਿਲ ਕੇ ਆਇਆ ਹੈ। ਔਰ ਇਸ ਚੀਜ਼ ਨੂੰ ਰਿਜ਼ੋਲਵ ਕਰਨ ਦੀ ਲੋੜ ਹੈਗੀ ਹੈ ਕਿ ਲੈਵਲ ਆਫ ਜਿਹੜੀ ਪੈਨਲਟੀ ਹੈ ਉਹ ਕੀ ਹੈ, ਉੱਥੇ ਗੱਲ ਫਸੀ। ਦੂਜੀ ਗੱਲ ਜਿਹੜੀ NHAI ਦੀ ਹੈਗੀ ਹੈ, ਦੇਖੋ ਇੱਦਾਂ ਹੈ ਕਿ ਜਿਹੜੀ ਚੰਦੂ ਮਾਜਰਾ ਸਾਹਿਬ ਨੂੰ, ਚਲੋ ਕਿਆ ਕਹਿੰਦੇ ਨੇ, ਹੁਣ ਚੋਣ ਲੜ ਰਹੇ ਨੇ, ਚੰਗਾ ਨਹੀਂ ਲੱਗਦਾ, ਪਰ ਉਹਨਾਂ ਨੂੰ ਝੂਠੇ ਨੀਂਹ ਪੱਥਰ ਰਖਾਉਣ ਦੀ ਆਦਤ ਸੀ। ਇੱਦਾਂ ਹੀ ਉਹ ਕਿਆ ਕਹਿੰਦੇ ਨੇ ਬੰਗਾ ਆਨੰਦਪੁਰ ਸਾਹਿਬ ਸੜਕ ਦਾ ਨੀਂਹ ਪੱਥਰ ਰਖਾ ਗਏ। ਉਸ ਤੋਂ ਬਾਅਦ ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ, ਚੰਗੀ ਸਰਕਾਰ ਬਣਨ ਦੀ ਤਿਆਰੀ ਹੈ ਜਾਂ ਐਲਾਨਿਆ ਜਾਂ ਮੁੱਖ ਚਿਹਰਾ, ਚੰਨੀ ਸਰਕਾਰ ਨੂੰ ਮੰਨਦੇ ਹੋ, ਤਜਰਬੇਦਾਰ ਸਰਕਾਰ? ਦੇਖੋ ਇੱਦਾਂ ਹੈ, ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਵੀ ਨੇ, ਔਰ ਪਿਛਲੇ 2.5 ਸਾਲ ਤੋਂ ਸਾਨੂੰ ਬਹੁਤ ਨੇੜੇ ਤੋਂ ਕੰਮ ਕਰਨ ਦਾ ਮੌਕਾ ਮਿਲਿਆ। ਉਹ ਜ਼ਮੀਨ ਤੋਂ ਉੱਠੇ ਹੋਏ ਵਿਅਕਤੀ ਨੇ, ਜਿਹੜੀ ਜ਼ਮੀਨੀ ਹਕੀਕਤ ਹੈ ਉਹਨੂੰ ਬੜੀ ਅੱਛੀ ਤਰ੍ਹਾਂ ਸਮਝਦੇ ਨੇ, ਔਰ ਇੱਕ ਸੁਲਝੇ ਹੋਏ ਔਰ ਨੇਕ ਇਨਸਾਨ ਨੇ। ਔਰ ਮੇਰਾ ਇਹ ਮੰਨਣਾ ਹੈ, ਜਦੋਂ ਮੈਂ ਤਜਰਬੇਕਾਰ ਸਰਕਾਰ ਦੀ ਗੱਲ ਕਰਦਾ ਹਾਂ ਤਾਂ ਮੈਂ ਤਜਰਬੇਕਾਰ ਸਰਕਾਰ ਮਤਲਬ ਕਾਂਗਰਸ ਸਰਕਾਰ ਦੀ ਗੱਲ ਕਰਦਾ ਹੈਗਾ, ਕਿਉਂਕਿ ਕਾਂਗਰਸ ਕੋਲ ਉਹੀ ਤਜਰਬਾ ਹੈ ਜਿਹੜਾ ਪੰਜਾਬ ਦੀ ਸਾਂਝੀ ਵਿਰਾਸਤ ਨੂੰ, ਪੰਜਾਬ ਪੰਜਾਬੀ ਪੰਜਾਬੀਅਤ ਨੂੰ ਇਕੱਠੇ ਰੱਖਦੇ ਹੋਇਆ, ਇੱਕ ਮੁੱਠ ਰੱਖਦੇ ਹੋਇਆ ਇਹ ਸੂਬੇ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਦੇ ਉੱਪਰ ਇੱਕ ਅੱਛੀ ਲੀਡਰਸ਼ਿਪ ਦੇ ਸਕਦੇ। ਸਰ ਕਿਤੇ ਨਾ ਕਿਤੇ ਇਹ ਨਹੀਂ ਲੱਗ ਰਿਹਾ ਜੀ ਵੀ ਜਿੱਤਣ ਦੀ ਲੜਾਈ ਹੈ, ਮੈਂ ਜੇ ਜਮ੍ਹਾਂ ਪੰਜਾਬ ਦੇ ਵਿਕਾਸ ਦੀ ਕਿਤੇ ਕੋਈ ਗੱਲ ਨਹੀਂ ਹੋ ਰਹੀ? ਦੇਖੋ ਪੰਜਾਬ 'ਚ 5 ਵੱਡੇ ਮੁੱਦੇ ਨੇ ਜਿਹੜੇ ਅਨਫੋਰਚੁਨੇਟਲੀ ਪੰਜਾਬ ਦੀ ਜਿਹੜੀ ਸਿਆਸੀ ਲੜਾਈ ਹੈ ਉਸ 'ਚੋਂ ਗਏ। ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸਿਰ 'ਤੇ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਹੈ। ਦੂਜਾ 84% ਜਿਹੜੀ ਪੰਜਾਬ ਦੀ ਕਿਸਾਨੀ ਹੈ
ਉਹਦੇ ਕੋਲ 3 ਤੋਂ 5 ਏਕੜ ਤੱਕ ਦੀ ਜ਼ਮੀਨ ਹੈਗੀ ਹੈ, ਇੱਥੇ ਤਾਂ ਹੋਰ ਵੀ ਘੱਟ ਹੈਗੀ ਹੈ ਔਰ ਤੇ ਤਾਂ ਮਰਲਿਆਂ 'ਚ ਹੈਗੀ ਹੈ। ਔਰ ਜਿਹੜਾ ਐਗਰੀਕਲਚਰ ਹੈ ਜਾਂ ਕ੍ਰਿਸ਼ੀ ਹੈ ਉਹ ਦਿਨ ਬਰ ਦਿਨ ਅਨਪ੍ਰੋਡਕਟਿਵ ਹੁੰਦੀ ਜਾਂਦੀ ਹੈ ਔਰ ਇਸ ਲਈ ਜਿਹੜਾ ਇੱਡਾ ਵੱਡਾ ਕਿਸਾਨੀ ਅੰਦੋਲਨ ਹੋਇਆ ਸੀਗਾ MSP ਨੂੰ ਲੈ ਕੇ, ਪਬਲਿਕ ਪ੍ਰੋਕਿਓਰਮੈਂਟ ਨੂੰ ਲੈ ਕੇ। ਉਹਦਾ ਮੁੱਖ ਕਾਰਨ ਇਹ ਹੈ ਕਿ ਬਗੈਰ ਪਬਲਿਕ ਪ੍ਰੋਕਿਓਰਮੈਂਟ ਦੇ, ਬਗੈਰ MSP ਦੇ ਜਿਹੜਾ ਛੋਟਾ ਕਿਸਾਨ ਆ ਉਹਦੀ ਤਾਂ ਆਪਣਾ ਕੰਮ ਚੱਲ ਹੀ ਨਹੀਂ ਸਕਦਾ। ਤੀਜਾ ਹੈ ਕਿ ਪੰਜਾਬ ਦਾ ਪਾਣੀ, ਔਰ ਇਸ ਲਈ ਮੈਂ ਲਗਾਤਾਰ ਔਰ ਨਿਰੰਤਰ ਇਹ ਗੱਲ ਕਹਿਣਾ ਹੈਗਾ ਕਿ ਦੇਖੋ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਸਿੱਖ ਦਾ ਮਸਲਾ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਪੰਜਾਬ ਦੀ ਅਮਨ ਔਰ ਸ਼ਾਂਤੀ ਦੇ, ਪੰਜਾਬ ਪੰਜਾਬੀ ਪੰਜਾਬੀਅਤ ਦੇ ਸਭ ਤੋਂ ਵੱਡੇ ਦੁਸ਼ਮਣ ਨੇ, ਉਹ ISI ਦੇ ਹੱਥਾਂ 'ਚ ਖੇਡਦੇ। ਦੂਜੀ ਗੱਲ ਜਿਹੜੀ ਮੈਂ ਨਿਰੰਤਰ ਔਰ ਲਗਾਤਾਰ ਕਹਿੰਦਾ ਆਇਆ ਹੈਗਾ ਕਿ ਬਈ ਪੰਜਾਬ ਨੂੰ ਤਜਰਬੇਕਾਰ ਸਰਕਾਰ ਦੀ ਲੋੜ ਹੈਗੀ ਹੈ ਔਰ ਜੇ ਕਿਤੇ ਆਪਾਂ ਕੋਈ ਤਜਰਬਾ ਕਰ ਲਿਆ ਉਹ ਤਜਰਬਾ ਇਹ ਨਾ ਹੋਵੇ ਪੰਜਾਬ ਲਈ ਬੜਾ ਪੁੱਠਾ ਪੈ। ਸਰ ਤੁਸੀਂ ਤਜਰਬੇਕਾਰ ਦੀ ਸਾਫ਼ ਇਨਕਾਰ ਕਰਤੇ ਆ June 2019 ਤੋਂ ਬਾਅਦ ਕਿ ਬਈ ਇਹ ਤਾਂ ਜੀ ਸਿਆਸੀ ਸਟੰਟ ਸੀਗਾ, ਨਾ ਇਹਦਾ ਕੋਈ ਪੈਸਾ ਐਲੋਕੇਟ ਕੀਤਾ ਗਿਆ ਹੈਗਾ ਔਰ ਨਾ ਹੀ ਕਿਆ ਕਹਿੰਦੇ ਸੜਕ ਬਣਨੀ ਹੈਗੀ। ਮੈਂ ਫਿਰ ਉਸ ਸੜਕ ਨੂੰ ਪੰਜਾਬ ਦੇ ਬਜਟ 'ਚ ਪਾਇਆ ਕਿ ਇਹਨੂੰ ਐਜ਼ ਅ ਆਪਣਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 'ਚ ਬਣਾਈ ਜਾਵੇ। ਫਿਰ ਕਰੋਨਾ ਆ ਗਿਆ, ਉਸ ਤੋਂ ਬਾਅਦ ਮੈਂ 50 ਕਰੋੜ ਰੁਪਇਆ ਫਿਰ ਸੈਂਕਸ਼ਨ ਕਰਾਇਆ ਔਰ 50 ਕਰੋੜ ਰੁਪਇਆ ਸੈਂਕਸ਼ਨ ਕਰਾ ਕੇ ਹੁਣ ਜਿਹੜੀ ਉਹ ਬੰਗਾ ਆਨੰਦਪੁਰ ਸਾਹਿਬ ਵਾਲੀ ਸੜਕ ਹੈ ਇੱਕ ਛੋਟਾ ਜਿਹਾ ਪੈਚ ਛੱਡ ਕੇ, ਕੱਲ੍ਹ ਅਸੀਂ ਜਦੋਂ ਬੰਗੇ ਤੋਂ ਆ ਰਹੇ ਸੀਗੇ ਤਾਂ ਮੈਂ ਦੇਖ ਰਿਹਾ ਸੀਗਾ ਇੱਕ ਛੋਟਾ ਜਿਹਾ ਪੈਚ ਛੱਡ ਕੇ ਉਹ ਸੜਕ ਦੀ ਮੁਰੰਮਤ ਹੋ ਗਈ ਹੈਗੀ ਹੈ। ਤੁਸੀਂ ਇਸ ਚੀਜ਼ ਨੂੰ ਮੇਰੇ ਸੰਗਿਆਨ 'ਚ ਲੈ ਕੇ ਆਏ ਹੋ, ਇਸ ਇਹ ਵਾਲੀ ਸੜਕ ਬਾਰੇ ਇਹ ਜ਼ਰੂਰ ਕਹਿ ਕੇ ਨੇ ਮੈਂ ਟੇਕਅਪ ਕਰੂੰਗਾ, ਮੇਰੇ ਗੱਲ ਸੰਗਿਆਨ 'ਚ ਨਹੀਂ ਸੀਗੀ। ਤਿਵਾੜੀ ਸਾਹਿਬ ਕਈ ਮਸਲੇ ਜਿਹੜੇ 20 ਸਾਲ ਤੋਂ ਪੈਂਦੇ ਸੀ, 30 ਸਾਲ ਤੋਂ ਪੈਂਦੇ ਸੀ, ਉਹ ਮਸਲੇ ਓਵਰਨਾਈਟ ਹੀ ਹੋ ਗਏ ਸੈਟਲ। ਛੋਟੇ ਜਿਹੇ 2-3 ਮਸਲੇ ਦੱਸਣਾ, ਲੋਕ ਕਹਿੰਦੇ ਕਿ ਜਿਹੜੇ ਗਰੀਬ ਲੋਕ ਹੈ ਉਹ ਬਿਜਲੀ ਜਿਹੜੀ ਹੈ ਲਗਾ ਰਹੇ ਹੈ, ਤਾਰਾਂ ਲਾਉਂਦੇ ਹੈ, ਹਾਂਜੀ ਇਹ ਮੁਫਤ ਇਸਤੇਮਾਲ ਕਰ ਰਹੇ ਹੈ, ਕੱਟਣਾ ਨਹੀਂ ਆਦਤ ਉਹਨਾਂ ਦਾ। ਪਾਣੀ ਦਾ ਮਸਲਾ ਸੀ, ਰੋਂਦੇ ਰਹੇ 2009 ਤੋਂ ਕੋਈ ਹੱਲ ਨਹੀਂ ਹੋਇਆ, ਹੁਣ 50 ਰੁਪਏ ਕੱਟ। ਅਗਰ ਹੱਲ ਕਰਨਾ ਹੋਵੇ ਤਾਂ ਦੇਰ ਦੇ ਸਲਿਊਸ਼ਨ, ਅਗਰ ਹੱਲ ਨਹੀਂ ਕਰਨਾ ਤਾਂ ਦੇਰ ਦੇ ਪ੍ਰੋਬਲਮ। ਤੁਸੀਂ ਕੁਨੈਕਸ਼ਨ ਜਿਹੜੇ ਸੀ ਸਾਰੇ ਬਹਾਲ ਕਰਤੇ, ਤਕਰੀਬਨ ਦੇ ਕੋਈ ਪੈਸਾ ਨਹੀਂ ਲੈ ਰਹੇ। ਪਾਣੀ ਦਾ ਮਸਲਾ ਸੀ, ਅਸੀਂ ਕਹਿੰਦੇ ਨੇ 105 ਨਾ ਲਾਓ, ਨਿੱਜੀ ਸੀਵਰੇਜ ਵੀ ਨਾ ਲਾਵਾਂਗੇ, ਪਾਣੀ ਵੀ ਨਾ, ਹੁਣ 50 ਰੁਪਏ ਰੱਖਤਾ। ਔਰ ਐਨੀਥਿੰਗ ਕੈਨ ਬੀ ਡਨ ਅਗਰ ਮਨ 'ਚ ਆਦਮੀ ਦੇ ਵਿਚਾਰ ਹੋਵੇ। ਲੀਜ਼ ਹੋਰ ਦਾ ਮਸਲਾ ਕੋਈ ਐਡਾ ਵੱਡਾ ਮਸਲਾ ਨਹੀਂ ਹੈ ਕਿ ਬਾਰ ਬਾਰ ਤੁਹਾਨੂੰ ਕਿਹਾ ਜਾਏ ਔਰ ਹੋਇਆ ਹੱਲ ਨਾ ਹੋਵੇ। ਉਹ ਕੋਈ ਵਾਇਆ ਮੀਡੀਆ ਕੱਢੋ, ਵਾਇਆ ਮੀਡੀਆ ਇਹ ਹੀ ਹੈ ਕਿ ਇਹਨਾਂ ਦੇ ਨਿਕਲਣਾ ਨਹੀਂ, ਜਿਹੜੇ ਬੰਦੇ ਉੱਥੇ ਬੈਠੇ ਹੈ ਦੇ ਵਿਲ ਸਟੇ ਹੋਣ ਮਕਾਨਾਂ ਵਾਲੇ ਮਕਾਨ। ਕੇਸਗੜ ਸਾਹਿਬ ਗਏ ਸੀ ਨਤਮਸਤਕ ਹੋਣ ਵਾਸਤੇ ਔਰ ਅੱਜ ਦੁਪਹਿਰੇ ਗੜਸ਼ੰਕਰ ਦਾ ਪ੍ਰੋਗਰਾਮ ਹੈ, ਸਾਥੀਆਂ ਨੇ ਇਹ ਹਦਾਇਤ ਕੀਤੀ ਕਿ ਬਈ ਇੱਕ ਕੱਪ ਚਾਹ ਪੀ ਕੇ ਜਾਣਾ ਔਰ ਨਾਲ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ, ਇਹ ਹੋਰ ਸੋਨੇ ਦੇ ਸੁਹਾਗਾ ਹੋ ਗਿਆ। ਇਹ ਜਿਹੜੀ ਚੋਣ ਹੈ ਪੰਜਾਬ ਦੀ, ਇਹ ਇੱਕ ਬਹੁਤ ਹੀ ਮਹੱਤਵਪੂਰਨ ਹੈ ਔਰ ਉਹਦਾ ਕਾਰਨ ਇਹ ਹੈ ਕਿ ਪਿਛਲੇ 1.5 ਸਾਲ ਤੋਂ ਪੰਜਾਬ ਦਾ ਜਿਹੜਾ ਸਮਾਜਿਕ ਤਾਨਾ ਬਾਨਾ ਹੈ ਉਹ ਕਿਸਾਨੀ ਅੰਦੋਲਨ ਨਾਲ ਪੁੱਛਿਆ ਗਿਆ ਔਰ ਪੰਜਾਬ ਜੋ ਕਿ ਇੱਕ ਸਰਹੱਦ ਦਾ ਸੂਬਾ ਹੈ ਔਰ ਇੱਥੇ 1975 ਤੋਂ ਲੈ ਕੇ ਹੁਣ ਤੱਕ ਆਪਣਾ ਸਮੁੰਦਰ ਹੈ ਜਾਂ ਜਿੱਥੇ ਪੋਰਟਸ ਨੇ ਜਿੱਥੇ ਇਕੋਨਮੀਜ਼ ਔਰ ਸਕੇਲ ਅਪਲਾਈ ਕਰਦੇ ਨੇ। ਇਹ 1991 ਤੋਂ ਬਾਅਦ ਜਦ ਗਲੋਬਲਾਈਜੇਸ਼ਨ ਹੋਈ ਹੈ ਇੱਕ ਰਿਐਲਿਟੀ ਹੈ। ਸਰ ਸਾਡਾ BBMB ਦੇ ਵਿੱਚ ਹੀ 60% ਕੋਟਾ ਪੰਜਾਬ ਸਰਕਾਰ ਦਾ, ਤਾਂ ਵੀ ਨਹੀਂ ਪੋਸਟਾਂ ਭਰੀਆਂ ਜਾਂਦੀਆਂ, ਕੋਈ ਪੂਰਾ ਨਹੀਂ ਹੋ ਰਿਹਾ। ਦੇਖੋ 1200 ਪੋਸਟ ਖਾਲੀ ਵੀ ਪੰਜਾਬ ਦੀ, ਹਰਿਆਣਾ ਆਪਣੇ ਬੰਦੇ ਇੱਥੇ ਭੇਜ ਰਿਹਾ, ਰਾਜਸਥਾਨ ਦੇ ਬੰਦੇ ਵੀ ਆ ਰਹੇ, ਪੰਜਾਬ ਦਾ ਇੱਕ ਬੰਦਾ ਨਹੀਂ ਆ ਰਿਹਾ, ਸ਼ਹਿਰ ਪੂਰਾ ਸੰਸਾਰ। ਦੇਖੋ ਇੱਦਾਂ ਹੈ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ, ਮੈਂ ਇਹ ਤਾਂ ਨਹਿਰੂ ਜੀ ਦਾ ਡਰੀਮ ਪ੍ਰੋਜੈਕਟ ਸੀਗਾ ਜੀ, ਕੋਈ ਪ੍ਰਧਾਨ ਮੰਤਰੀ ਮੁੜ ਕੇ ਡੈਮ ਦੇਖਣ ਨਹੀਂ ਆਇਆ, ਕਿਸੇ ਕੋਲ ਟਾਈਮ ਇਹ ਨਹੀਂ, ਮਤਲਬ ਆਪਣਾ ਪ੍ਰੋਜੈਕਟ ਹੈ ਤੁਹਾਡਾ। ਇੱਦਾਂ ਹੈ ਕਿ ਮੈਂ ਜਿਹੜੇ ਸਾਡੇ ਇਰੀਗੇਸ਼ਨ ਸੈਕਟਰੀ ਨੇ ਜਾਂ ਜਿਹੜੇ ਪਹਿਲੇ ਇਰੀਗੇਸ਼ਨ ਦੇ ਵਜ਼ੀਰ ਸੀਗੇ
मैं परसनली तीन चार बार ये गल उन्होंने कही हैगी है और असी इनू परसू करते रहेंगे कि जिहड़ी पंजाब का कोटा हैगा उस पंजाब के कोटे को बी बी एम पी च भरिया जाए। स्पीकर साहब ने कई बार गल की जी वो कहते जी फाइल है साड़ी असी कैप्टन साहब को भेजी उसके टेबल पर पई है। देखो इदा है कि एक रिलक्टेंस है जिहड़े पंजाब सरकार के मुलाजिम वो अपना डेपुटेशन से नहीं होना चाहते ये एक वास्तविकता है और इसलिए अपना मैं स्पीकर साहब ने भी ये गल कही सी मैं कहा तुम क्या कहने और मैं भी सी एम साहब ना गल की सी पुराने सी एम साहब ना कैप्टन अमरिंदर सिंह जी ना कि तुसी लोकल रिक्रूटमेंट की परमिशन दो। हरियाणा ने बी बी एम पी वास्ते कोटा भर्ती किया स्पैशल सर वो बी बी एम पी वास्ते करके भेजे वो जा नहीं सकते मुद्दा लैके टूरिज्म दा ही कर दियो कुछ मतलब कि नंगल नूं ऐसा है कि मार्च 2020 अपना हुण तक तीन लहर करोना दी आ चुकी है। सो इसलिए जिहड़ा एक रेगुलर विकास का काम हैगा वो रेगुलर विकास का काम अपना भारत सरकार का भी ठंडा पिया हैगा। असी टूरिज्म सर्किट वास्ते टूरिज्म मिनिस्ट्री चो जिहदे श्री आनंदपुर साहब नंगल और चमकौर साहब शामिल है असी 90 करोड़ रुपया मंजूर कराया सीगा केंद्र सरकार को जो चन्नी साहब टूरिज्म मिनिस्टर से पर वो भी पैसा केंद्र सरकार ने अज तक रिलीज़ नहीं किया है। अपना कई असी प्रोजेक्ट आइडेंटिफाई किए चन्नी साहब ने बैठ के जिन्हों सिरे चढ़ाने की लोड़ हैगी है। रफ्तार नाल पिछले 30 वर्षों तो गिरता रहा है जिथे पहला 60 फुट तक पानी मिलता से अजकल 600 फुट तक पानी नहीं मिलता। चौथा पंजाब साड़ी सब तो बड़ी इंडस्ट्री जड़ी है वो आईलेट्स है साड़ी जड़ी सारी नौजवानी है वो इम्तिहान दे के बाहर जाना चाहती है क्योंकि इतने इंप्लॉयमेंट अपॉर्चुनिटी है नहीं इसलिए क्योंकि पंजाब बिल्कुल टेल एंड दे है इंडस्ट्री इतने आती नहीं हैगी और दूसरा वो नाल नाल क्योंकि जोड़ा बॉर्डर है वह बंद हैगा ट्रेड नहीं हो सकता हैगा और पंजवा जी चौथी औद्योगिक क्रांति आई है उन्हों किवें पंजाब दे विकास की हारनेस करना है पंजाब दियां पंज सब तो बड़ियां चुनौतियां ने और ये मनभागी गल हैगी है कि ये जिहड़े बिल्कुल बुनियादी मसले ने जिहड़े पंजाब दे भविख नाल जुड़े हुए ने ये पंजाब दे चोन प्रचार च बिल्कुल अंगोले ने। सर 2012 मैंबर पार्लीमेंट रवनीत सिंह बिट्टू नहीं आए थे 2022 का इलेक्शन है मैंबर पार्लीमेंट साहब आज भी बड़ी देरी ना आ रहे हैं तो फाक मल्या जावे या कोई गल है। देखो ऐसा है कि मैं 7 विधानसभा हलकियां हूं तक प्रचार कर चुके हैं। 2 विधानसभा हलके नंगल श्री आनंदपुर साहब और जेड़े श्री चमकौर साहब ने कांग्रेस पार्टी के बड़े ही उगे लीडर सरदार चरणजीत सिंह जन्नी जिहड़े साडे मुख्यमंत्री ऐलाने गए ने और साडे बहुत ही सत्कारयोग स्पीकर साहब राणा कंवर साहब पाल सिंह जी उनकी नुमाइंदगी करते हैं तो इसलिए और राणा थानू सारयां नू पता है कि मैनू श्री आनंदपुर साहब लियाउण च राणा कंवर पाल सिंह जी की बहुत वड्डी भूमिका हैगी है तो जिस दिन राणा जी कहणगे जिवें उन्हां नू लोड़ होगी असी सदा हाजिर हैं क्योंकि मैं अपने 40 वर्षों के तजर्बे तो एक गल सीखी है कि जो कोई चोन लड़ रहा हो हर बंदा अपने तरीके नाल चोन लड़ता है और जिथे उदी तुसी मदद कर सको जिवें मदद जिहड़ा पंजाब दे विच हिंदू और सिख दे विच फर्क करता है वो पंजाब का सब तो वड्डा दुश्मन है वो ISI के हत्थां च खेलता है। पंजाब की जिहड़ी होंद है वो पंजाब पंजाबी और पंजाबी है और पंजाब दे विच कदे ना हिंदू सिख का फर्क रहा है और ना ही रहना चाहिए है। जे पंजाब हिंदू सिख का फर्क होवे ता मैं श्री आनंदपुर साहब जिथे गुरु गोबिंद सिंह महाराज जी ने खालसा सिरजिया सीगा मैं उहदी नुमाइंदगी संसद ना करदा होवां क्यों कोई मुख्यमंत्री बनिया क्यों नहीं बनिया
वो गल जुदी हैगी। और मैं एक गल पब्लिकली कही है कि कांग्रेस की लीडरशिप को इस चीज़ को क्लैरिफाई करना चाहिए, क्योंकि जाखड़ साहब के बयान नाल बड़ा गलत सुनेहा जा रहा है पंजाब दे विच, क्योंकि चोणा आउंदियां ने चोणा जांदियां ने, अपना इलेक्शन होंदे ने इलेक्शन मुक जांदे ने, पर जे पंजाब की समाजिक यूनिटी जिहड़ी समाजिक एकता है वो जे कमज़ोर होंदी है उहदा एक बहुत दूरगामी परिणाम होगा। इसलिए मेरा यह मानना है और मेरी हाथ जोड़ के अपील है पंजाब के सारे लीडरों को कि पंजाब अपनी सियासी रोटियां सेकने वास्ते हिंदू सिख का मसला ना खड़ा। ठीक है, पंजाब दे विच तां सीधा सीधा दो पार्टियां होंदियां सी और उन्हां च भी गिल गुटर बराड़ ये सब कुछ होंदा सी। एक वर्ड जिहड़ा पिछले 6 साल तो केजरीवाल केजरीवाल घर च आ गया, ये की तुसीं इहदा की महसूस करते हो, की होया किदा उन्हें अपनी जगह बनाई, मतलब समझ तो बाहर है, बड़ा फास्ट हो आया। देखो इदा है कि एक गल थोड़ी बिल्कुल सही है कि 1967 तो लेके 2017 तक पंजाब च सीधा मुकाबला रहा है अकाली दल भाजपा का और कांग्रेस पार्टी का और 2014 दिया जो लोकसभा चोणा हुई है उन्हां लोकसभा चोणां दे विच आम आदमी की शिरकत पंजाब की सियासी पृष्ठभूमि हुई, चार उन्हां दे सांसद जिते, उन्हां चारां चो एक भी सांसद आम आदमी पार्टी नाल नहीं रहा, सारी वख-वख पार्टियां तुर गए या उन्होंने आम आदमी पार्टी छड़ दी। जो 2017 की विधानसभा की चोण हुई तो उन्होंने 21 विधायक जित गया, मेरे ख्याल 21 विधायकों चो 10 दूजिया पार्टियां चले गए। एक तो संधवा साहब मेरे ही चोण 2019 शामिल हुए थे कांग्रेस पार्टी, फिर वो वापस आम आदमी पार्टी चले गए। सो इसलिए मैं तो ही कहना है कि पंजाब नूं एक तजर्बे वाली सरकार की लोड़ है, पंजाब नूं एक बहुत ही जिम्मेवार हत्थां च देण की लोड़ हैगी है, क्योंकि जिस तरह की सरहद का सूबा है ये कोई होर स्टेट नहीं हैगी, और जे इत्थे कोई अणगहली होगी तो उहदे बड़े दूरगामी परिणाम पंजाब नूं भुगतने पैणगे। आपां नूं हुण भी 1980 तो लेकर 95 तक जो पंजाब दे विच अतवाद दे काले बदल छाए रहे, 35,000 पंजाबियों की कुरबानी हुई।